ਟਾਈਮ ਤਕਰੀਬਨ ਜਿਹੜਾ ਨਾ 7:45 ਵਜੇ ਦਾ ਹੋ ਗਿਆ ਰਾਤ ਦਾ। ਹੁਣ ਅਸੀਂ ਜਿਹੜਾ ਖੋਤੀ ਲੈਣ ਆਇਆ ਅੰਬਿਸ਼ ਤੇ ਮੈਂ ਤੇ ਜਿਹੜਾ ਨਾ ਮੌਸਮ ਜਿਹਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਖਤਰਨਾਕ ਹੈ ਵੀ ਨੇਰਾ ਹੀ ਹੈ ਨਾ ਤੇ ਅੱਗੇ ਅਸਲ ਜਿਹੜਾ ਸਹੀ ਦਿਨ ਚੜ ਜਾਂਦਾ ਤੇ ਬਾਕੀ ਫਿਲਹਾਲ ਕਣੀਆਂ ਮੱਠੀਆਂ ਮੱਠੀਆਂ ਨੱਥਾਂ ਲਾ ਪਈਆਂ ਤੇ ਪੱਠੇ ਜਿਹਾ ਫਿਰ ਇੱਥੋਂ ਵੱਢਣ ਆ ਗਏ ਜੀ ਅਸੀਂ ਸਾਡੇ ਆਪਣੇ ਪੱਠੇ ਥੋੜੇ ਨੇ ਤਦ ਵਾਸਤੇ ਅੱਜ ਕਿਸੇ ਦੇ ਵੱਢਣ ਆ ਗਏ ਆ ਦਰਬਾਰ ਦੇ ਪਿੱਛੇ ਜੇ ਨਾ ਅਮਜ ਨਿਓਲੇ ਦਾ ਬੱਚਾ ਲੈਣਾ ਨਿਓਲਾ ਫੜ ਹੋਏ ਨੂੰ ਉਤਲੂ ਦੀ ਯੋਗ ਨੱਸ ਗਿਆ ਪੱਠੇ ਜੇ ਨਾ ਇੱਥੋਂ ਵੱਢ ਲਏ ਨੇ ਪੱਠੇ ਵੱਢ ਕੇ ਦੋ ਫੇੜਿਆਂ ਦੇ ਹਜੇ ਮੈਂ ਆਇਆ ਹੀ ਆ ਨਾਲ ਜਾਣਾ ਬਾਰਾਂ ਸੱਤ ਪਈ ਇੱਕ ਫੇਰਾ ਜਾਣਾ ਆਪਣੀ ਭੈਲੀ ਚ ਵੱਢਣਾ ਹੈ ਬੱਦਲ ਚੈੱਕ ਕਰੋ ਕਿੰਜ ਗੱਜਣ ਦੇ ਜੇ ਉਹ ਕਹਾਵਤ ਸੁਣੀ ਹੋਣੀ ਹੈ ਤੁਸੀਂ ਜੇ ਗਰਜਤੇ ਹੈ ਉਹ ਬਰਸਤੇ ਨਹੀਂ ਇਹ ਗੱਜਣ ਵੀ ਦੇ ਨੇ ਤੇ ਬਰਸਣ ਵੀ ਦੇ ਨੇ ਇਹ ਕੀ ਸਿਸਟਮ ਹੈ ਭਲਾ ਆਸਮਾਨ ਜਿਹੜਾ ਨਾ ਸਾਫ਼ ਸੁਥਰਾ ਉਹ ਜਿਲਾ ਬੱਦਲ ਤੋੜ ਚੱਲੇ ਨੇ ਸਾਡਾ ਨੂੰ ਘਰ ਵਾਪਸ ਆ ਗਏ ਹਾਂ ਅਤੇ ਅੱਬੂ ਜੀ ਦੀ ਮੈਡੀਸਨ ਲਿਆਉਣੀ ਸੀ ਅੱਬੂ ਨੇ ਪੁੱਛਣਾ ਕਿ ਰੁਕ ਜਾਣਾ ਅੱਬੂ ਜੀ ਹੋਰੀ ਜਿਹਾ ਨਾ ਕਿੱਲੇ ਬਣਾਉਣ ਦੇ ਜੇ ਇਹ ਕਾਹਦੇ ਲਈ ਬਣਾਉਣ ਡੇ ਉਹ ਠੋਕਣਾ ਪੈ ਜਾਂਦਾ ਭੱਜ ਜਾਂਦਾ ਤੇ ਫਿਰ ਹੋ ਗਏ ਵਾਹ ਬਾਈ ਵਾਹ ਕਦੀ ਵਿਹਲੇ ਵੀ ਬਹਿ ਦਿਆ ਕਰੋ ਘੜਿਆ ਹੋਇਆ ਤੇ ਚਲੋ ਬੰਦਾ ਵੇਖ ਫੜ ਕੇ ਠੋਕ ਲੈਂਦੇ ਨਾ ਮੈਡੀਸਨ ਕੀ ਲੋਕ ਲੈਣ ਜਾਣਾ ਪਹਿਲਾਂ ਬਰਦਾਰ ਰੋਟੀ ਖਾ ਲਾ ਤੇ ਨਹਾ ਧੋ ਲਾ ਫਿਰ ਚੱਲਨੇ ਆ ਚਲੋ ਠੀਕ ਹੈ ਅੱਬੂ ਜੀ ਹੋਰਾਂ ਕੋਲ ਵਿਹਲਾ ਨਹੀਂ ਬੈਠਾ ਜਾਂਦਾ ਪੱਠੇ ਵੱਲੋਂ ਜਾਂ ਚੜਾਈਏ ਤੇ ਕੋਈ ਨਾ ਕੋਈ ਕੰਮ ਲੱਭ ਕੇ ਬੈਠੇ ਹੁੰਦੇ ਸੂਰਜ ਚੈੱਕ ਕਰੋ ਬੱਦਲਾਂ ਦੇ ਵਿੱਚੋਂ ਦੀ ਥੋੜ੍ਹਾ ਥੋੜ੍ਹਾ ਨਜ਼ਰ ਆਉਣ ਡਿਆ ਕੱਪੜੇ ਜਿਹੇ ਨਾ ਮੈਂ ਲੈ ਆਉਂਦੇ ਨੇ ਹੁਣ ਚੱਲ ਜਿਹੇ ਜਿਹਾ ਸਭ ਤੋਂ ਪਹਿਲਾਂ ਮੈਂ ਨਹਾ ਲੈਂਦਾ ਵਾਂ ਨਹਾ ਲਗਾ ਉਹ ਨਹਾ ਲਈ ਫਿਰ ਆਣ ਕੇ ਉਹ ਨੱਥ ਪਵਾਇਆ ਕੱਲ੍ਹ ਦੀ ਕੱਢ ਛਿੜੀ ਔਰ ਸਾਰੇ ਪੱਠੇ ਨਹੀਂ ਖੜਾ ਉਗਾ ਛਿੜੇ ਉਹਨਾਂ ਦੇ ਤੇ ਡੰਗਣਾ ਅੱਛਾ ਚਲੋ ਜੀ ਕੱਲ੍ਹ ਵਾਲੀ ਜੇ ਵੀਡੀਓ ਤੁਸੀਂ ਪੂਰੀ ਵੇਖੀ ਹੋਏ ਕੱਲ੍ਹ ਵਾਲੀ ਵੀਡੀਓ 'ਚ ਤੁਹਾਨੂੰ ਪਤਾ ਭੈਂਸਾਂ ਜਿਹੜੀਆਂ ਰਸਾ ਧਰਵਾ ਕੇ ਨਾ ਲੋਕਾਂ 'ਚ ਫਸਲਾਂ 'ਚ ਵੜ ਗਈਆਂ ਹਨ ਅਤੇ ਉਹਨਾਂ ਨੂੰ ਜੇ ਨਾ ਮੱਝਾਂ ਨੂੰ ਫਿਰ ਹੁਣ ਨੱਥ ਪਾਉਣ ਚੱਲੇ ਹਾਂ ਇਹ ਮੱਝ ਦਾ ਵੀ ਚੈੱਕ ਕਰ ਰਸਾ ਨੱਕ ਦੇ ਵਿੱਚ ਆਉਂਦੀ ਹੈ ਇਹ ਵਾਲੀ ਮੱਝ ਦਾ ਵੀ ਰਸਾ ਨੱਕ ਦੇ ਵਿੱਚ ਆਉਂਦੀ ਹੈ ਇਹ ਵਾਲੀ ਭੈਂਸ ਦਾ ਵੀ ਰਸਾ ਨੱਕ ਦੇ ਵਿੱਚ ਆਉਂਦੀ ਹੈ ਮੈਂ ਡਾਕਟਰ ਨੇ ਡਰ ਗਈ ਹੈ ਇਹ ਵਾਲੀ ਮੱਝ ਦਾ ਜਿਹਾ ਰਸਾ ਨੱਕ ਦੇ ਵਿੱਚ ਆਉਂਦੀ ਨਹੀਂ ਕਿਉਂਕਿ ਇਹਨੇ ਕੱਲ੍ਹ ਦਾ ਕਢਾ ਲਿਆ ਇਹਨੂੰ ਪਾਣੀ ਜੇ ਨੱਥ ਅੱਬੂ ਜੀ ਇਹਨੂੰ ਪਾਉਣਾ ਸਾਰੀਆਂ ਬੈਫਲੋ ਦਾ ਜਿਹੜਾ ਨਾ ਰਸਾ ਨੱਕ ਦੇ ਵਿੱਚ ਆਉਂਦੀ ਹੈ ਇਹਨੂੰ ਜੇ ਨਾ ਸਕੂਨ ਨਹੀਂ ਹੁੰਦਾ ਪਿਆ ਕੱਲ ਇਹਨੇ ਤਰਵਾ ਲਿਆ ਇਹ ਰਸਾ ਇੱਥੋਂ ਨੱਕ ਤੂੰ ਤਰਵਾ ਲਿਆ ਚੱਲ ਹਾਂ ਜ਼ਰਾ ਜਵਾਨੇ ਜ਼ਰਾ ਤੂੰ ਆਪਣੇ ਨੂੰ ਬੜੀ ਹੁਸ਼ਿਆਰ ਬਣਨੀ ਤੇਰਾ ਇਲਾਜ ਹੁੰਦਾ ਪਹਿਲਾਂ ਇਹਨੂੰ ਜੇ ਨਾ ਬੂਟੇ ਦੇ ਨਾਲ ਦਰਖਤ ਨਾਲ ਬੰਨਾ ਕੇ ਤਾਂ ਕਿ ਜੇ ਨਾ ਦੌਰੇ ਦੂਰੇ ਨਾ ਆ ਗਈ ਤੇ ਡਰ ਕੇ ਬੰਨੀ ਨਾ ਨਾ ਫਿਰ ਜੀ ਤੂੰ ਪੀਰ ਹੋਣੀ ਇਹਨਾਂ ਨੇ ਭੂੜ ਹੋ ਕੇ ਛਾਲਾ ਮਾਰ ਕੇ ਤੇ ਨੱਸ ਜਾਣਾ ਹਾਂਜੀ ਪਾਦਾ ਨਸਾ ਅੱਛਾ ਫੜਨਾ ਮੈਂ ਜਾਂ ਰੱਸਾ ਭਰ ਕੇ ਖਲੋ ਗਿਆ ਤੇ ਅੱਬੂ ਜੀ ਹੋਰੀ ਨੱਥ ਪਾਉਣ ਲੱਗੇ ਨੇ ਹੁਣ ਮੈਂ ਵੇਖਿਆ ਹਿਲਦੀ ਗੰਜੇ ਕੋ ਚਲੋ ਜੀ ਮੁੱਕ ਗਿਆ ਜੀ ਕੰਮ ਚਲੋ ਜੀ ਬਿਨਾਂ ਕੋਈ ਸੱਟ ਸੁੱਟ ਲਵਾਇਆ ਨਾ ਤੇ ਕਈ ਜਾਨਵਰ ਹੁੰਦੇ ਨੇ ਉਹ ਬੜਾ ਅੱਗੂ ਮਤਲਬ ਕਾਬੂ 'ਚ ਨਹੀਂ ਆਉਂਦੇ ਬੁੜਾ ਰਸੇ ਰੁਸੇ ਪਾ ਕਾਬੂ 'ਚ ਲੈ ਆਉਂਦੇ ਬੰਨ ਦਿੱਤਾ ਹੁਣ ਉਹਨੂੰ ਕੰਮ ਹੋ ਗਿਆ ਚਲੀਏ ਘਰ ਨੂੰ ਇਹ ਜਿਹੜਾ ਕੁੱਤਾ ਆਉਣ ਡਿਆ ਨਾ ਪਿੱਛੇ ਦੇ ਨਾਲ ਵੇਖਿਓ ਮੈਂ ਪ੍ਰੈਂਕ ਕਰਨ ਲੱਗਾ ਅੱਜ ਇਹਨੂੰ ਜੇ ਨਾ ਇੱਥੇ ਲੁਕ ਕੇ ਡਰਾਉਣਾ ਮੈਂ ਮੇਰਾ ਜਿਹਾ ਧਿਆਨ ਬਾਅਦ ਚੋਂ ਪਿਆ ਸੀ ਐਂ ਜੀ ਜਿਹਾ ਮੈਂ ਡਰਾਇਆ ਸੀ ਇਹਨੂੰ ਹੀ ਤੋਤੇ ਲੈ ਆਵੋ ਬੋਲਣ ਵਾਲੇ
ਅੱਛਾ ਹਾਂਜੀ ਮੈਂ ਤੇ ਗੂੰਗੇ ਲੈ ਕੇ ਆਉਣੇ ਨਹੀਂ ਮੈਂ ਬੋਲਣ ਵਾਲੇ ਲੈਣੇ ਨੇ ਗਾਨੀ ਵਾਲੇ ਜਿਨ੍ਹਾਂ ਦੇ ਗਾਨੀ ਪਈ ਹੋਈ ਅੱਛਾ ਗਾਨੀ ਮੈਂ ਪਾ ਲਾਂਗਾ ਗੜਾ ਚ ਲੈ ਲਾਂਗੇ ਤੇ ਗਾਨ ਨੂੰ ਗਾਨੀ ਪਈ ਹੁੰਦੀ ਹੈ ਨਾ ਕਰਨਾ ਮੈਂ ਕੱਪੜੇ ਚੇਂਜ ਤੇ ਹੁਣ ਆ ਰਹੀ ਫਰੈਸ਼ ਜਾਦੂ ਮਾਦੂ ਸ਼ੁਕਲਨ ਤਰ ਆਈ ਐਮ ਰੈਡੀ ਹੋਏ 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 ਹੁਣ ਆਵਾਜ਼ ਜਿਹਾ ਦਰਵਾਜ਼ਾ ਖੋਲਿਆ ਨਾ ਤੇ ਲਾਈਟ ਵਾਲੇ ਤੇ ਕੋਈ ਕਸਰ ਨੀ ਛੱਡਦੇ ਹੁਣ ਕਰੀਏ ਸੁਬਾਹ ਦਾ ਨਾਸ਼ਤਾ 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 ਤੇ ਨੜੀ ਵਾਜ ਲਾਈ ਨਾ ਸਾਡੇ ਘਰ 'ਚ ਫਿਰ ਰੋਟੀ ਲੱਭ ਜਾਈਏ ਖਾਣ ਪੀਣ ਵਾਸਤੇ ਸੁਬਾਹ ਦਾ ਨਾਸ਼ਤਾ ਆ ਗਿਆ ਮਿਲਕ ਅਚਾਰ ਤੇ ਬੇਸ ਬੱਕਰੀ ਬਿਮਾਰ ਰੋਟੀ ਬਿਸਮਿਲਲਾ ਰਹਿਮਾਨ ਰਹੀਮ ਅੰਬ ਦੀ ਡਲੀ ਤਲਾਇਆ ਬਿਸਮਿਲਲਾ ਰਹਿਮਾਨ ਰਹੀਮ ਅੱਬੂ ਜੀ ਹੋਰੀ ਜਾ ਕਰੋ ਛੁਰੀ ਢਿੱਡ 'ਤੇ ਰੱਖ ਕੇ ਤੇ ਸੁੱਤੇ ਨੇ ਪਏ ਕਿਤੇ ਇੱਥੋਂ ਤੋਂ ਵੱਜ ਜੇ ਤੇ ਫਿਰ ਅੱਬੂ ਜੀ ਚਲੋ ਫਿਰ ਲਾਈਏ ਦਵਾਈ ਨਹਾ ਕੇ ਬਦਲੋ ਕੱਪੜੇ ਆਪਣਾ 1-2-5 ਜਿਹਾ ਕੱਢ ਲਿਆ ਅੱਬੂ ਜੀ ਹੋਰੀ ਵਜਿਆ ਨਹਾ ਕੇ ਕੱਪੜੇ ਬਦਲਾਏ ਨੇ ਬਾਈਓ ਜੀ ਚਲੋ ਬਰਖਰਦਾਰ ਛੇਤੀ ਘਰ ਚਲੋ ਜੀ ਲੈਟਸ ਗੋ ਤੇ ਜਲਦੀ ਚੱਲ ਹੋਸਪਿਟਲ ਜੀ ਹੈ ਨਾ ਪਹੁੰਚ ਗਿਆ ਇੱਥੋਂ ਲੈਣੇ ਹੁਣ ਅੱਬੂ ਜੀ ਹੋਣਾ ਦੀ ਮੈਡੀਸਨ ਆਈ ਜਾਂਦੇ ਹਾਂ ਡਾਕਟਰ ਕੀ ਕਹਿੰਦੇ ਰੋਟੀ ਅੱਬੂ ਜੀ ਹੋਰਾਂ ਜੇ ਹੈ ਨਾ ਅੱਜ ਫਿਰ ਲੱਗੇਗੀ ਡ੍ਰਿਪ ਕਿਉਂਕਿ ਅੱਬੂ ਹੋਰੀ ਕਹਿੰਦੇ ਕਮਜ਼ੋਰੀ ਹੈ ਅਤੇ ਦਵਾਈ ਵੀ ਲਾਵਾਂਗੇ ਨਾ ਡ੍ਰਿਪ ਵੀ ਲਵਾਵਾਂਗੇ ਅੱਬੂ ਜੀ ਹੋਰਾਂ ਨੂੰ ਡ੍ਰਿਪ ਲੱਗ ਗਈ ਹੈ ਲੰਮੇ ਭਾਈ ਉਹ ਇੰਨੀ ਚਿਰ ਕਿੰਜ ਭੇਜ ਰਹੋਗੇ ਇਹਨੂੰ ਤਾਂ ਨੂੰ ਸਿਰੀ ਚੁੱਕ ਕੇ ਹੱਥ ਨਾ ਲਾਇਓ ਟਾਈਮ ਤਕਰੀਬਨ ਜੀ ਹੈ ਨਾ 3:33 ਹੋ ਗਏ ਨੇ ਆਏ ਅਸੀਂ ਜੀ ਹੈ ਨਾ 1:30 ਹਾਂ ਅੱਬੂ ਹੋਰਾਂ ਦੀ ਬੋਤਲ ਹਜੇ ਵੀ ਨਹੀਂ ਮੁੱਕੀ ਟਾਈਮ ਤਕਰੀਬਨ ਜੀ ਹੈ ਨਾ 4:30 ਦਾ ਹੋ ਗਿਆ ਹੁਣ ਬੋਤਲ ਮੁੱਕੀ ਹੈ ਅਤੇ ਹੁਣ ਜਿਹੜਾ ਵਾਪਸ ਆਏ ਹਾਂ ਮੱਝਾਂ ਬੰਨਣ ਵਾਲੀਆਂ ਬੱਕਰੀਆਂ ਚਾਰਨ ਵਾਲੀਆਂ ਮੱਝਾਂ ਵੀ ਚਾਰਨ ਵਾਲੀਆਂ ਆ ਮੱਝਾਂ ਕੋਈ ਪਤਾ ਨਹੀਂ ਉਹਨੇ ਬੰਨੀਆਂ ਹੋਣੀਆਂ ਖੋਲੀਆਂ ਹੋਣ ਕਨਫਰਮ ਕੋਈ ਪਤਾ ਨਹੀਂ ਇਸ ਵਾਸਤੇ ਹੁਣ ਜਿਹਾ ਜਲਦੀ ਜਲਦੀ ਘਰ ਵਾਪਸ ਜਾਣ ਡੇ ਹਾਂ ਬਾਈਓ ਕਿ ਬਾਹਰੇ ਰੁਕਣਾ ਪਿਆ ਸੀ ਥੋੜ੍ਹੀਆਂ ਮੈਡੀਸਨ ਜਿਹਾ ਨਾ ਉੱਥੋਂ ਨਹੀਂ ਲੱਭੀ ਇੱਥੇ ਸਟੋਰ ਤੋਂ ਲੈਣੀ ਪਈ ਹੈ ਹੁਣ ਚਲੀਏ ਘਰ ਓਕੇ ਇੱਧਰ ਤੇ ਵੇਖ ਤੇ ਰੋਲਣਾ ਕਿੱਥੇ ਮੈਂ ਪਿਆ ਰੋਲਣਾ ਕਿੱਥੇ ਮੈਂ ਪਿਆ ਅੱਛਾ ਫਿਰ ਠੀਕ ਹੈ ਜਿੱਦਾਂ ਆਈਆਂ ਪਾਈਆਂ ਫਿਰ ਐਸਾ ਇੰਜੀ ਸਲੀਲ ਹੋਈਦਾ ਜਿੰਨੇ ਮੈਂ ਯਾਰ ਬਣਾਈਏ ਜਿੰਨੇ ਮੈਂ ਯਾਰ ਬਣਾ ਲਈਏ ਇੰਜੀ ਸਲੀਲ ਹੋਈਦਾ ਆਹੋ ਰਾਹ ਜਾਂਦਾ ਮੁੰਡਾ ਰਾੜਾ ਲੱਭ ਗਿਆ ਸੀ ਇੱਥੇ ਪਿੰਡ ਕੋਲ ਪਹੁੰਚ ਗਏ ਬਸ ਤਕਰੀਬਨ ਹਾਂ ਉਹ ਪਿੰਡ ਨੂੰ ਜਾਣਾ ਕਿ ਉੱਧਰ ਨੂੰ ਬਾਹਰੇ ਗਏ ਉਹ ਚੱਲ ਛੱਡ ਫਿਰ ਸ਼ਹਿਰ ਇੱਧਰ ਅੱਛਾ ਚਲੋ ਚਲੀਏ ਘਰ ਨਾਲ ਗਰਮ ਫਸਲ ਨਾਲ ਪਹੁੰਚ ਗਏ ਅੰਮੀ ਹੋਰਾਂ ਕੋਲ ਹੋਣ ਲੱਗੀ ਹੈ ਹੁਣ ਤਰੀਫ ਉਹ ਤੇ ਆਉਂਦੇ ਭੈਣ 5-6 ਵਜੇ ਸੀ ਤਾਂ ਬੋਤਲਾਂ ਲਵਾ ਲਿਆਉਣੀਆਂ ਤੁਰਿਆ ਫਿਰਦਾ ਤੁਰੇ ਹੁਣ ਵੇਖਿਆ ਬੁਰਾਂ ਦੀ ਬਿਜ਼ੀ ਹੋ ਗਈ ਹੈ ਹਾਂਜੀ ਬਣਾਈਆਂ ਗੁਬਰਾਈਆਂ ਬਣਾਈਆਂ ਟਾਈਮ ਨਹੀਂ ਆਇਆ ਇੰਨਾ ਬੱਕਰੀਆਂ ਲੈ ਗਿਆ ਅਮਿਸ਼ ਪਤਾ ਨਹੀਂ ਲੈ ਗਿਆ ਜੀ ਸ਼ੂਗਰ ਚਲੋ ਜੀ ਅੱਜ ਚੱਲ ਉੱਧਰ ਜਾ ਹੁਣ ਝੂਣਾ ਲੈ ਲਿਆ ਗੇ ਅੱਜ ਆ ਮੈਂ ਵਾਰੀ ਆ ਗਈ ਮੈਂ ਬਚ ਗਿਆ ਅੱਜ ਸ਼ੁਕਰ ਹੈ ਕਿਤੇ ਐਸੇ ਬਹਾਨੇ ਕੌਣ ਮੈਂ ਜਲੇਬੀਆਂ ਮੈਨੂੰ ਉਦੋਂ ਦੀਆਂ ਲੱਭੀਆਂ ਨਹੀਂ ਮੈਨੂੰ ਯਾਦ ਹੀ ਨਹੀਂ ਹੁਣ ਜੇ ਨਾ ਦੁਪਹਿਰਾਂ ਦਾ ਲੰਚ ਕਰਨ ਲੱਗੇ ਜੇ ਦੁਪਹਿਰਾਂ ਦਾ ਲੰਚ ਹੁਣ ਕਰਨ ਲੱਗੇ ਜੇ ਉੱਥੋਂ ਰਸਤੇ ਚੋਂ ਕਰ ਗਿਆ ਆਉਣਾ ਉੱਥੇ ਲੇਟ ਹੋ ਗਏ ਫਿਰ ਦੌੜ ਲਾਉਂਦੇ ਘਰ ਆ ਗਏ ਮੱਝਾਂ ਮੁੱਝਾਂ ਬੰਨੀਆਂ ਬੁੰਨੀਆਂ ਐਸ ਵਾਸਤੇ ਨਹੀਂ ਕਰ ਗਿਆ ਬਿਸਮਿਲਲਾ ਅੱਬੂ ਜਿਹੜੀ ਜੀ ਹੈ ਨਾ
ਹਜੇ ਵੀ ਖਾਣ ਡੇ ਨੇ ਮੈਂ ਮੁਕਾ ਦਿੱਤਾ ਕੰਮ ਅੰਮੀ ਹੋਰੀ ਆਉਂਦੇ ਨੇ ਮੱਝ ਧੀਆਂ ਬਣੇ ਕੱਢਣੀ ਹੈ ਧਾਰ ਮੱਝਾਂ ਆ ਗਈਆਂ ਨੇ ਘਰ ਅੰਮੀ ਹੋਰਾਂ ਨੂੰ ਲਿਆਉਣੀਆਂ ਪਈਆਂ ਤਦ ਗੁੱਸਾ ਚੜਿਆ ਸੀ ਅੱਜ ਅੱਬੂ ਜੀ ਹੋਰੀ ਆਉਂਦੇ ਜਾ ਹੁਣ ਉੱਥੇ ਬੱਕਰੀਆਂ ਕੋਲ ਅਮਸ਼ ਨੂੰ ਘੱਲ ਅਮਸ਼ ਨੂੰ ਕਿਤੇ ਮੈਂ ਘੱਲਾਂ ਹੁਣ ਅਮਸ਼ ਨੂੰ ਮੈਂ ਉੱਥੋਂ ਘੱਲਾਂਗਾ ਅੱਬੂ ਹੋਰੀ ਉਹ ਘਰੋਂ ਫਿਰ ਕਿਤੇ ਘੱਲਣਗੇ ਤੂੰ ਆ ਗਿਆ ਕਿੱਥੋਂ ਕਿਹੜੇ ਬੂਟੇ ਤੋਂ ਅੱਜ ਦਾ ਸਨਸੈਟ ਉਹ ਜੀ ਹੋਣ ਡਿਆ ਉਹਦਾ ਉਹ ਸੂਰਜ ਥੋੜਾ ਥੋੜਾ ਬੱਕਰੀਆਂ ਕੋਲ ਪਹੁੰਚ ਗਿਆ ਰਾਣਾ ਸਾਹਿਬ ਤੁਸੀਂ ਕਿੱਦਾਂ ਲੈ ਮੈਂ ਇੱਥੇ ਹੀ ਆ ਪਰ ਆਏ ਕਿੱਦਾਂ ਲੋ ਡੇਰਾ ਤੁਹਾਡਾ ਕਿੱਥੇ ਮੈਂ ਕਿਤੇ ਤੁਹਾਡਾ ਦੇਰ ਅੱਜ ਮੇਰੇ ਚਿੱਟੇ ਹੋ ਗਏ ਹੋ ਕੀ ਕਰੀਮ ਕਿਹੜੀ ਲਾਈ ਹੈ ਨਹੀਂ ਨਹੀਂ ਤੁਸੀਂ ਕਰੀਮ ਲਾਈ ਹੈ ਅੱਜ ਨਹੀਂ ਨਹੀਂ ਲੱਭਦੀ ਅੱਛਾ ਅਮਰਜ ਜਾ ਬੋਲੀ ਸਦਨ ਦੇ ਪਤਾ ਨੀ ਕਿਤੇ ਘਰ ਲਾਣੇ ਮੈਨੂੰ ਨੀ ਪਤਾ ਤੈਨੂੰ ਆ ਗਿਆ ਨਾ ਲਾਈ ਤੂੰ ਫੇਰ ਲਾ ਰਹੇ ਨੇ ਉਹ ਤੇ ਉੱਥੇ ਨੀ ਆਇਆ ਤੇ ਥੱਲੇ ਡਿੱਗੇ ਹੈ ਮੈਂ ਫੜ ਲਏ ਮੈਂ ਕਿਹਾ ਲਾ ਲਾਂਗੇ ਅੱਛਾ ਖਰਾਬ ਹੋ ਗਏ ਸੁੱਕੇ ਨੇ ਬੱਕਰੀਆਂ ਲੈ ਕੇ ਘਰ ਨੂੰ ਵਾਪਸ ਜਾਣ ਡਿਆ ਹੁਣ ਬੱਕਰੀਆਂ ਘਰ ਲਿਆ ਕੇ ਬਣੀਆਂ ਅਹਿਮਦ ਜਿਹਾ ਨਾ ਦੁੱਧ ਪਿਆ ਦਿਆ ਅੱਜ ਬੱਕਰੀ ਦੇ ਬੱਚੇ ਨੂੰ ਹੋਏ ਪਸੀਨਾ ਫੁੱਲ ਟੀਣੀ ਬਾਬਾ ਹੋ ਗਈ ਚੱਲ ਜੀ ਜੇ ਨਾ ਕੱਪੜੇ ਬਦਲੀਏ ਇਹਨਾਂ 'ਚ ਪਸੀਨਾ ਬੜਾ ਆ ਗਿਆ ਅੱਜ ਨਹਾ ਕੇ ਲਿਆਓ ਜੀ ਰਾਤ ਦਾ ਡਿਨਰ ਰਾਤ ਦਾ ਡਿਨਰ ਰਾਤ ਦਾ ਡਿਨਰ ਰਾਤ ਦਾ ਡਿਨਰ ਆ ਗਿਆ ਜੀ ਓਏ ਹੋਏ ਹੋਏ ਬੋਟੀਆਂ ਤਾਂ ਕੱਲ੍ਹ ਪੱਕਣੀਆਂ ਹਨ ਕੱਲ੍ਹ ਨਹੀਂ ਪੱਕੀਆਂ ਕਿਉਂਕਿ ਮਾਮੂ ਜੋਰੀ ਤੁਰ ਗਏ ਹਨ ਰਾਤ ਹੋ ਜੂ ਪਹਿਲਾਂ ਇਸ ਵਾਸਤੇ ਡਿਨਰ ਵਿੱਚ ਫਿਰ ਬੋਟੀਆਂ ਨਹੀਂ ਪਕਾਈਆਂ ਅੱਜ ਪੱਕੀਆਂ ਨੇ ਤੇ ਫਿਰ ਅੱਜ ਖਾਵਾਂਗਾ ਬਿਸਮਿਲ੍ਲਾ ਰਹਿਮਾਨ ਰਹੀਮ ਬਿਸਮਿਲ੍ਲਾ ਰਹਿਮਾਨ ਰਹੀਮ ਚੰਨ ਦੀ ਰੋਸ਼ਨੀ ਚੈੱਕ ਕਰੋ ਸੂਰਜ ਦੀ ਰੋਸ਼ਨੀ ਆਂਗ ਹੋ ਗਈ ਇਸ ਟਾਈਮ ਔਰੰਜ ਔਰੰਜ ਘਰ ਕੀਤਲ ਕੌਣ ਹੈ ਪੰਗੇ ਨਾਲ ਹੈ ਸਾਡਾ ਡੰਕੀ ਕਿੰਗ ਜਿਹੜਾ ਬਾਹਰ ਰਹਿ ਗਿਆ ਸੀ ਤੇ ਉਹਨੂੰ ਜਿਹੜਾ ਲੈਣ ਚੱਲੇ ਆ ਕਿਉਂਕਿ ਗਿੱਦੜ ਗੁੱਦੜ ਤੇ ਕੁੱਤੇ ਛੁੱਤੇ ਅੱਜ ਕੱਲ ਬੜੇ ਖਤਰਨਾਕ ਹੋਏ ਪਏ ਨੇ ਕਿਤੇ ਖਾ ਹੀ ਨਾ ਸ਼ਰਨ ਆ ਮੈਂ ਡਰ ਕੇ ਨੱਸ ਗਿਆ ਜੇ ਵਾਪਸ ਇੱਥੇ ਬਾਗ ਆਇਆ ਇਸ ਟਾਈਮ ਤੇ ਉਹ ਉੱਥੇ ਗੋਤੀ ਵੱਜੀ ਤੇ ਨੱਸ ਗਿਆ ਜੀ ਡਰ ਗਿਆ ਚਲ ਟਾਈਮ ਤਕਰੀਬਨ ਜਿਹਾ ਨਾ 7:45 ਦਾ ਹੋ ਗਿਆ ਰਾਤ ਦਾ ਹੁਣ ਅਸੀਂ ਜਿਹੜਾ ਖੋਤੀ ਲੈਣ ਆਇਆ ਅਮਿਸ਼ ਤੇ ਮੈਂ ਤੇ ਜਿਹੜਾ ਡਰਿਆ ਨਹੀਂ ਅਮਿਸ਼ ਤੂੰ ਉਹਨੂੰ ਪਤਾ ਵੀਡੀਓ ਬਣਾਉਣ ਤਦ ਵਾਸਤੇ ਨਹੀਂ ਡਰਿਆ ਸਾਰਾ ਪਲਾਨ ਕੈਂਸਲ ਹੋ ਗਿਆ ਪਹਿਲਾਂ ਉਹ ਮੈਨੂੰ ਡਰਾ ਰਿਹਾ ਹਜੇ ਉਦੋਂ ਵੀਡੀਓ ਨਹੀਂ ਆਉਣ ਕੋਤੀ ਜੇ ਬਹਿ ਕੇ ਨੱਸ ਗਿਆ ਜੇ ਅੱਗੇ ਡਰਦਾ ਜੀ ਹੁਣ ਬੜਾ ਖੁਸ਼ ਜੇ ਮੈਂ ਜੀ ਤੂੰ ਰਾਤ ਨੂੰ ਘਰੋਂ ਬਾਹਰ ਨਿਕਲਣਾ ਨਾ ਮੈਂ ਜੀ ਆਵਾਜ਼ ਲਾਉਣਾ ਪੂਰੇ ਪਿੰਡ ਨੂੰ ਡਰਾਉਣਾ ਵਾ ਹੁਣ ਤੇਰਾ ਰੋਟੀ ਫੋਟੀ ਖਾ ਕੇ ਘਰ ਖਰਾਬ ਹੋਇਆ ਬਾਕੀ ਫਿਲਹਾਲ ਤੇ ਫਿਰ ਚਲੀਏ ਘਰ ਨੂੰ ਤੇ ਜਾ ਕੇ ਸੋਈਏ ਇਨਸ਼ਾਅੱਲਾ ਮਿਲਾਂਗੇ ਓਏ ਸੁਬਾਹ ਨੈਕਸਟ ਵਲੋਗ ਚਾਹੀਦਾ ਵਲੋਗ ਕਰਨੇ ਇੱਥੇ ਜਾਂ ਮੈਨੂੰ ਦੋ ਇਜਾਜ਼ਤ ਆਵਾਜ਼ ਚਾਹ ਕਰੋ ਸ਼ਾਂਤੀ ਇਨਸ਼ਾਅੱਲਾ ਮਿਲਾਂਗੇ ਸੁਬਾਹ ਨੈਕਸਟ ਵਲੋਗ ਜੇ ਫਕੀਰ ਰਹਿਣਾ ਇਸ ਦਾ ਕਰ ਚਲੇ ਮੀਆਂ ਖੁਸ਼ ਰਹੋ ਹਮ ਦੁਆ ਕਰ ਚਲੇ ਲਾ ਫਿਜ਼ਾ ਮੀਸ਼ ਨਸ ਗਿਆ ਜੀ ਮੈਂ ਕੱਲ੍ਹ ਹੀ ਰਹਿ ਗਿਆ ਜੀ ਮੈਨੂੰ ਡਰ ਲੱਗਣ ਲੱਗ ਪਿਆ ਜੀ